ब्रॉडवे तुहाडे विदेश जाण दे सुपनियां नूं देवेगा हकीकत दी उड़ान। सत श्री अकाल दोस्तों, स्वागत है साडे अज दे इस खास शो दे विच। गलबात कर रहे मौजूद ने जगप्रीत सिंह जी, जिहड़े के सीनियर कंसल्टेंट ने ब्रॉडवे इमीग्रेशन। जगप्रीत जी स्वागत। थैंक यू दीपक जी, और इस वीडियो नूं देख रहे सारे दर्शकों का बहुत बहुत स्वागत है। मेरे वालों प्यार भरी सत श्री अकाल। जगप्रीत जी, जिहड़े नवे अपडेट्स आए ने, ज्यादातर स्टूडेंट्स उहदे बारे वाकिफ ही ने, एक बारी मैं चाहूंगा कि उस बारे तुसीं ब्रीफ भी कर दो, ते नाल ही नाल जिहड़े स्टूडेंट्स डेफर करन दी सोच रहे सी, अपडेट्स दा उहनां ते की असर पएगा, ते तुसीं की सुजेस्ट करो? डेफिनेटली दीपक जी, जो रीसेंट डेवलपमेंट्स IRCC वालों आईआं, उह तां आईआं सी ऑनलाइन क्लासेस नूं लै के, कि हुण जिहड़ियां 31 December तक ऑनलाइन क्लासेस दी डेडलाइन सी, उह हुण 30 April तक हो गई है। बट इहदे विच बहुत अच्छियां प्रोविजनस भी बच्चियां नूं मिलियां ने, ਦੇ ਇੱਕ ਸਾਲ ਦੇ ਪ੍ਰੋਗਰਾਮ ਸੀ ਉਹ ਹੁਣ ਇੱਥੇ ਰਹਿ ਕੇ ਵੀ ਪੜ੍ਹ ਸਕਦੇ ਆ, ਐਂਡ ਮੋਰ ਓਵਰ ਫਰਦਰ ਉਹ ਆਪਣਾ ਵਰਕ ਪਰਮਿਟ ਕੈਨੇਡਾ ਜਾ ਕੇ ਕੰਟੀਨਿਊ ਕਰ ਸਕਦੇ ਆ। ਸੋ ਉਹਦੇ ਨਾਲ ਨਾਲ ਇੱਕ ਕੜੀ ਬਹੁਤ ਇੰਪੋਰਟੈਂਟ ਜੁੜੀ ਹੋਈ ਸੀ ਡੈਫਰਮੈਂਟ ਨੂੰ ਲੈ ਕੇ। ਸੋ ਜਿਹੜੀ ਮੀਟਿੰਗ ਵੀ ਹੋਈ ਹੈ, ਰੀਸੈਂਟ ਵੈਬੀਨਾਰ ਵੀ ਹੋਇਆ, ਉਹਦੇ ਵਿੱਚ ਸਟੂਡੈਂਟਸ ਦਾ ਬਹੁਤ ਵੱਡਾ ਕੁਐਸਚਨ ਸੀ ਡੈਫਰਮੈਂਟ ਨੂੰ ਲੈ ਕੇ। ਸੋ ਇਹਦੇ 'ਤੇ ਮੈਂ ਇੱਕ ਕਲੈਰਿਟੀ ਸਟੂਡੈਂਟਸ ਨੂੰ ਕਰ ਦੇਣਾ ਚਾਹੂੰਗਾ, ਕਿ ਉਹਦੇ 'ਚ ਬਿਲਕੁਲ ਇੱਕ ਕਲੀਅਰ ਉਹਨਾਂ ਦੀ ਇੱਕ ਸਟੇਟਮੈਂਟ ਨਿਕਲ ਕੇ ਆਈ ਹੈ ਕਿ ਅਸੀਂ ਜਿਹੜੇ AIPs ਦੇ ਰਹੇ ਹਾਂ, ਜਾਂ ਜਿਹੜਾ ਇਹ ਸਿਨੈਰੀਓ ਚੱਲ ਰਿਹਾ, ਇਹ ਸਪਟੈਂਬਰ ਮੰਥ ਲਈ ਚੱਲ ਰਿਹਾ। ਸੋ ਜਨਵਰੀ ਨੂੰ ਲੈ ਕੇ ਹਾਲੇ ਉਹਦੇ 'ਤੇ ਕੋਈ ਅਪਡੇਸ਼ਨ ਨਹੀਂ ਹੈ ਕਿ ਜਨਵਰੀ ਦੇ ਵਿੱਚ ਅਗਲੇ ਕੀ ਡਿਸੀਜਨ ਰਹਿਣਗੇ। ਸੋ ਐਟ ਪ੍ਰੈਜੈਂਟ ਸਪਟੈਂਬਰ ਦੇ ਲਈ। ਸੋ ਇੱਥੋਂ ਉਹਨਾਂ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜਿਹੜਾ ਵੀ ਸਟੂਡੈਂਟ ਸਪਟੈਂਬਰ ਇਨਟੇਕ ਦੇ ਵਿੱਚ ਅਪਲਾਈ ਕਰ ਰਿਹਾ, ਉਹਨੂੰ AIP ਇਸ਼ੂ ਕਰਨਗੇ, ਐਂਡ ਉਹ ਔਨਲਾਈਨ ਕਲਾਸਿਸ ਆਪਣੀਆਂ ਲਗਾਏਗਾ। ਇਹਦੇ ਉੱਤੇ ਜੋ ਇੱਕ ਵੀਜ਼ਾ ਆਫੀਸਰ ਦੀ ਸਟੇਟਮੈਂਟ ਸੀ ਕਿ ਅਗਰ ਸਟੂਡੈਂਟ ਆਪਣਾ ਕੋਰਸ ਜਾਂ ਕਾਲਜ ਚੇਂਜ ਕਰਦਾ AIP ਤੋਂ ਬਾਅਦ, ਜਾਂ ਉਹ ਡੈਫਰਮੈਂਟ ਲੈਣ ਦੀ ਕੋਸ਼ਿਸ਼ ਕਰਦਾ, ਸੋ ਉਸ ਸਿਨੈਰੀਓ ਦੇ ਵਿੱਚ ਉਹਨੂੰ ਬਹੁਤ ਇੱਕ ਸਟਰੋਂਗ ਜਸਟੀਫਿਕੇਸ਼ਨ ਦੇਣੀ ਪਏਗੀ ਕਿ ਮੈਂ ਆਪਣਾ ਕਾਲਜ ਜਾਂ ਕੋਰਸ ਕਿਉਂ ਚੇਂਜ ਕਰ ਰਿਹਾ, ਜਾਂ ਮੈਂ ਡੈਫਰਮੈਂਟ ਕਿਉਂ ਲੈ ਰਿਹਾ। ਸੋ ਅਗਰ ਤਾਂ ਉਹ ਸਟੂਡੈਂਟ ਦਾ ਪ੍ਰੋਗਰਾਮ ਜਿਹੜਾ ਹਾਈਬ੍ਰਿਡ ਹੈ ਜਾਂ ਲੈਬੋਰੇਟਰੀ ਬੇਸਡ ਹੈ, ਉਹਦੇ ਲਈ ਕਿਤੇ ਨਾ ਕਿਤੇ ਪ੍ਰੋਵੀਜ਼ਨ ਹੈਗੀ ਹੈ ਕਿ ਉਸ ਪੁਆਇੰਟ ਆਫ ਵਿਊ 'ਤੇ ਉਹ ਜਸਟੀਫਿਕੇਸ਼ਨ ਦੇ ਸਕੇ। ਬਟ ਅਗਰ ਤੁਹਾਡੇ ਕੋਈ ਸਟਰੋਂਗ ਜਸਟੀਫਿਕੇਸ਼ਨ ਨਹੀਂ ਹੈ, ਤਾਂ ਹੋ ਸਕਦਾ ਹੈ ਤੁਹਾਡਾ ਜਿਹੜਾ AIP ਸਟੇਜ 1 ਡਿਸੀਜਨ ਹੋਇਆ, ਉਸ ਤੋਂ ਬਾਅਦ ਤੁਸੀਂ ਕਾਲਜ ਜਾਂ ਕੋਰਸ ਚੇਂਜ ਕਰਦੇ ਹੋ ਜਾਂ ਡੈਫਰਮੈਂਟ ਵਾਲੀ ਸਾਈਡ 'ਤੇ ਜਾਂਦੇ ਹੋ, ਤਾਂ ਉਹਨਾਂ ਨੇ ਇੱਕ ਚੀਜ਼ ਕਲੀਅਰ ਕੀਤੀ ਸੀ ਕਿ ਉਹ ਕ੍ਰੈਡੀਬਿਲਿਟੀ ਅਸੈਸਮੈਂਟ ਸਟੇਜ 1 ਦੀ ਦੁਬਾਰਾ ਕਰਨਗੇ। ਸੋ ਇੱਥੋਂ ਇੱਕ ਚੀਜ਼ ਕਲੀਅਰ ਹੈ ਕਿ ਉਹਨਾਂ ਦਾ ਮਾਈਂਡ ਸੈੱਟ ਹੈ, ਸਪਟੈਂਬਰ ਇਨਟੇਕ ਤੁਸੀਂ ਔਨਲਾਈਨ ਹੀ ਸਟਾਰਟ ਕਰੋ। ਸੋ ਜਿਹੜੇ ਵੀ ਸਟੂਡੈਂਟ ਇਸ ਵੇਲੇ ਕਿਸੇ ਦੀ ਵੀ ਐਡਵਾਈਸ ਦੇ ਅੰਡਰ ਉਹ ਆਪਣਾ ਕਾਲਜ ਕੋਰਸ ਜਾਂ ਡੈਫਰਮੈਂਟ ਬਾਰੇ ਸੋਚ ਰਹੇ ਆ, ਉਹ ਇੱਕ ਵਾਰੀ ਉਹਨੂੰ 2 ਵਾਰੀ ਸੋਚਣ, ਉਸ ਤੋਂ ਬਾਅਦ ਹੀ ਪ੍ਰੋਸੈਸ ਕਰਨ। ਅਗਰ ਤੁਹਾਡੇ ਕੋਲ ਕੋਈ ਸਟਰੋਂਗ ਜਸਟੀਫਿਕੇਸ਼ਨ ਨਹੀਂ ਹੈ, ਤਾਂ ਪਲੀਜ਼ ਆਪਣੀਆਂ ਕਲਾਸਿਸ ਨੂੰ ਔਨਲਾਈਨ ਸਟਾਰਟ ਕਰ ਲਓ, ਰਜਿਸਟਰ ਕਰ ਦਿਓ। ਰੀਜ਼ਨ ਕਿ ਜਦੋਂ ਤੁਸੀਂ ਸਟੇਜ 2 ਵੀਜ਼ਾ ਅਪਲਾਈ ਕਰਨਾ, ਜਦੋਂ VFS ਓਪਨ ਹੋਣਗੇ, ਤਾਂ ਤੁਹਾਡੇ ਕੋਲੋਂ ਇਨਰੋਲਮੈਂਟ ਲੈਟਰ ਵੀ ਮੰਗਿਆ ਜਾ ਸਕਦਾ ਕਿ ਵਾਕਿਆ ਤੁਸੀਂ ਕਲਾਸਿਸ ਆਪਣੀਆਂ ਅਟੈਂਡ ਕੀਤੀਆਂ ਜਾਂ ਤੁਹਾਡੀ ਇਨਰੋਲਮੈਂਟ ਹੋ ਚੁੱਕੀ ਹੈ ਜਾਂ ਨਹੀਂ। ਅਦਰਵਾਈਜ਼ ਤੁਸੀਂ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਫਸ ਸਕਦੇ। ਜਿਹੜੇ ਸਟੂਡੈਂਟਸ ਮਤਲਬ ਕਿ ਔਨਲਾਈਨ ਕਲਾਸਿਸ ਲਗਾਉਣਗੇ, ਉਹਨਾਂ ਨੂੰ ਸੀਰੀਅਸ ਕੈਂਡੀਡੇਟ ਮੰਨਿਆ, ਡੈਫੀਨੇਟਲੀ ਉਹਨਾਂ ਨੂੰ ਸੀਰੀਅਸ ਔਰ ਜੈਨੂਅਨ ਕੈਂਡੀਡੇਟਸ ਮੰਨਿਆ ਜਾਏਗਾ, ਜੋ ਆਮ ਤੌਰ 'ਤੇ ਅਸੀਂ ਕਈ ਵਾਰ ਰਿਫਿਊਜ਼ਲ 'ਚ ਵੀ ਦੇਖਦੇ ਹਾਂ। ਕੁਛ ਇੱਕ ਸਟੂਡੈਂਟਸ ਦੇ ਬਹੁਤ ਸਾਰੇ ਅਲੱਗ ਅਲੱਗ ਤਰੀਕੇ ਦੇ ਡਾਊਟਸ ਨੇ ਇਸ ਵਕਤ ਔਨਲਾਈਨ ਨੂੰ ਲੈ ਕੇ। ਕੁਛ ਔਨਲਾਈਨ ਸ਼ਾਇਦ ਪੜ੍ਹਨ ਤੋਂ ਡਰ ਰਹੇ ਨੇ, ਕਤਰਾ ਰਹੇ ਨੇ, ਉਹਨਾਂ ਨੂੰ ਲੱਗ ਰਿਹਾ ਕਿ ਕਿਵੇਂ ਪੜ੍ਹਿਆ ਜਾਊਗਾ। ਕੁਛ ਨੂੰ ਐਂ ਲੱਗ ਰਿਹਾ ਕਿ ਕੈਨੇਡਾ ਪੜ੍ਹਨ ਦਾ ਮਤਲਬ ਸੀ ਕੈਨੇਡਾ ਜਾ ਕੇ ਪੜ੍ਹਨਾ, ਫਿਰ ਉਹ ਆਪਣੇ ਪਿੰਡ 'ਚ ਆਪਣੇ ਸ਼ਹਿਰ 'ਚ ਬਹਿ ਕੇ ਕਿਵੇਂ ਪੜ੍ਹਨ। ਕੁਛ ਨੂੰ ਇਹ ਲੱਗ ਰਿਹਾ ਕਿ ਜੇ ਉਹ ਔਨਲਾਈਨ ਪੜ੍ਹਨ ਲੱਗ ਗਏ ਤਾਂ ਕਿਤੇ ਕੈਨੇਡਾ ਇਹ ਨਾ ਕਹਿ ਦੋਗੇ ਕਿ ਤੁਸੀਂ ਹੁਣ ਆਪਣਾ ਕੋਰਸ ਘਰ ਹੀ ਪੂਰਾ ਕਰ। ਨਹੀਂ ਜੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਇਹ ਵੀ ਕਾਲ ਆਈ। ਬਿਲਕੁਲ, ਅੱਛਾ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਿਹੜੇ ਵੀ ਸਟੂਡੈਂਟ ਦੇ ਮਾਈਂਡ ਦੇ ਵਿੱਚ ਇਹ ਡਾਊਟ ਆਏ ਆ, ਜਿਹੜੇ ਵੀ ਗਰੁੱਪ ਇਸ ਚੀਜ਼ 'ਚ ਫਸਿਆ ਹੋਇਆ ਕਿ ਜੇ ਇੱਥੇ ਸਟਾਰਟ ਹੋ ਗਿਆ ਤਾਂ ਕੀ ਆਪਾਂ ਇੱਥੇ ਜੋਗੇ ਰਹਿ ਜਾਂਗੇ, ਇਹ ਸਿਰਫ ਇੱਕ ਮੂਡ ਆਫ ਸਟੱਡੀ ਹੈ। ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੈਂਡੈਮਿਕ ਸਿਚੁਏਸ਼ਨ ਇੰਡੀਆ ਦੇ ਵਿੱਚ ਵੀ ਕੰਟਰੋਲ 'ਚ ਨਹੀਂ ਆ ਰਹੀ, ਇੱਥੇ ਵੀ ਵੱਧ ਰਹੀਆਂ ਨੇ, ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਸਿਰਫ ਹਾਲੇ ਟਰੈਵਲ ਨੂੰ ਰੋਕਿਆ ਗਿਆ। ਜਦੋਂ ਹੀ ਟਰੈਵਲ ਰਿਸਟ੍ਰਿਕਸ਼ਨਸ ਓਪਨ ਹੋਣਗੀਆਂ, ਜਿਹੜੇ ਸਟੂਡੈਂਟ ਇੰਡੀਆ 'ਚ ਪੜ੍ਹ ਰਹੇ ਨੇ ਉਹ ਟਰੈਵਲ ਕਰ ਸਕਦੇ ਹੋ, ਬਾਕੀ ਦਾ ਕੋਰਸ ਉੱਥੇ ਜਾ ਕੇ ਈਜ਼ੀਲੀ ਅਟੈਂਡ ਕਰ ਸਕਦੇ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਜੇ ਔਨਲਾਈਨ ਇੱਥੇ ਸਟਾਰਟ ਹੋ ਗਿਆ ਤਾਂ ਤੁਸੀਂ ਇੱਥੇ ਜੋਗੇ ਰਹਿ ਗਏ, ਇਹ ਸਿਰਫ ਇੱਕ ਟੈਂਪਰੇਰੀ ਫੇਜ਼ ਹੈ। ਸੋ ਤੁਸੀਂ ਬੇਫਿਕਰ ਹੋ ਕੇ ਔਨਲਾਈਨ ਕਲਾਸਿਸ ਲਗਾਓ, ਜਦੋਂ ਹੀ ਓਪਨ ਹੋਣਗੀਆਂ ਟਰੈਵਲ ਰਿਸਟ੍ਰਿਕਸ਼ਨ, ਆਪਣੇ ਵੀਜ਼ਾ ਸਟੈਂਪਰ ਔਰ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਕੰਟੀਨਿਊ ਕਰੋ।
ਸੋ ਦੋਸਤੋ ਡੈਫਰ ਨੂੰ ਲੈ ਕੇ ਬਹੁਤ ਸਾਰੇ ਤੁਹਾਡੇ ਸਵਾਲ ਨੇ, ਬਹੁਤ ਤਰੀਕੇ ਦੀਆਂ ਅਫਵਾਹਾਂ ਨੇ ਅਤੇ ਕੁਛ ਮਿਸ ਇਨਫੋਰਮੇਸ਼ਨ ਵੀ ਹੈ। ਫਿਰ ਵੀ ਤੁਸੀਂ ਕਿਸੇ ਵੀ ਤਰੀਕੇ ਦਾ ਡਾਊਟ ਆਪਣਾ ਡੈਫਰਮੈਂਟ ਨੂੰ ਲੈ ਕੇ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 9237 9237 'ਤੇ ਕਾਲ ਵੀ ਕਰ ਸਕਦੇ। ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤ, ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ, ਸਿਰਫ ਇੱਕ ਮਿੰਟ ਦਾ ਵੀਡੀਓ ਰਹੇਗਾ। 30 ਸੈਕਿੰਡ ਦੀਆਂ 2 ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਔਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਔਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ 'ਤੇ ਜਾਓ, broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫੋਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ 'ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਔਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ ਆਲਸ PTE ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ ਜਿਹਦੇ ਵਿੱਚ 1 ਟੀਚਰ 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ ਵਟਸਐਪ ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ। ਟੀਮ ਨਾਲ ਕਨੈਕਟ ਕਰੋ। ਅੱਜ ਦੇ ਇੰਪੋਰਟੈਂਟ ਸ਼ੋਅ ਵੱਲ ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।